ਹਾਂਜੀ ਬੱਚੋ ਨਮਸਕਾਰ ਅੱਛਾ ਬੱਚੋ ਤੁਹਾਨੂੰ ਮੈਥ ਦੀਆਂ ਹਨਾ ਦੋ ਅਸਾਈਨਮੈਂਟ ਆ ਚੁੱਕੀਆਂ ਬੱਚੋ ਪਹਿਲੀ ਅਸਾਈਨਮੈਂਟ ਸੀ ਆਪਣੀ ਠੀਕ ਹੈ ਇਹ ਇਕਲੀ ਰਿਵੀਜ਼ਨ ਟੈਸਟ ਹੈ ਕਮ ਅਸਾਈਨਮੈਂਟ ਹੈ ਬੱਚੋ ਫਰਸਟ ਅਸਾਈਨਮੈਂਟ ਸੀ ਆਪਣੇ ਕੋਲੇ ਰਿਲੇਸ਼ਨ ਐਂਡ ਫੰਕਸ਼ਨ ਤੇ ਨਾਲ ਬੱਚੋ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੀ ਠੀਕ ਹੈ ਤੇ ਬੱਚੋ ਦੂਜੀ ਅਸਾਈਨਮੈਂਟ ਜਿਹੜੀ ਤੁਹਾਨੂੰ ਅੱਜ ਮਿਲੀ ਸਵੇਰੇ ਹਨਾ ਠੀਕ ਹੈ ਉਹ ਸੀ ਬੱਚੋ ਮੈਟ੍ਰਿਕਸ ਐਂਡ ਡਿਟਰਮੀਨੈਂਟਸ ਠੀਕ ਹੈ ਬੱਚੋ ਤੁਸੀਂ ਇਹ ਸਾਰੀਆਂ ਅਸਾਈਨਮੈਂਟ ਨੂੰ ਚੰਗੀ ਤਰ੍ਹਾਂ ਹੱਲ ਕਰੋ ਪ੍ਰੋਪਰਲੀ ਹੱਲ ਕਰੋ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਆndi ਤੁਸੀਂ ਬੱਚੋ ਆਪਣੇ ਟੀਚਰ ਨੂੰ ਪੁੱਛ ਸਕਦੇ ਠੀਕ ਹੈ ਕਲੀਅਰ ਤਾਂ ਜਾ ਬੱਚੋ ਮਨ ਨੂੰ ਮੈਸੇਜ ਕਰ ਲੋ ਕਲੀਅਰ ਠੀਕ ਹੈ ਮੇਰੇ ਚੈਨਲ ਦੇ ਉੱਪਰ ਤੇ ਤੁਸੀਂ ਉਹ ਮੈਸੇਜ ਕਰਕੇ ਪੁੱਛੋ ਪਰ ਇਹ ਇਕੱਲਾ ਇਕੱਲਾ ਕੁਐਸਚਨ ਤੁਸੀਂ ਹੱਲ ਕਰੋ ਠੀਕ ਹੈ ਜਿੱਦਾਂ ਹੁਣ ਦੇਖੋ ਅੱਜ ਜਿਹੜਾ ਸੀਗਾ ਮੈਟ੍ਰਿਕਸ ਐਂਡ ਡਿਟਰਮੀਨੈਂਟਸ ਠੀਕ ਹੈ ਤੇ ਬੱਚੋ ਲਾਸਟ ਕੁਐਸਚਨ ਸੀਗਾ ਇਹਦਾ ਬੋਲੋ ਜੀ ম্যাট্রিক্স méthod ਤੇ ਦੂਸਰਾ ਕੁਐਸ਼ਨ ਸੀਗਾ ਬੱਚੋ ਕਿਆ ਵੀ ਤੁਸੀਂ ਕਿਸੇ ਸਕੁਅਰ ম্যাট্রিক্স ਨੂੰ ਐਕਸਪ੍ਰੈਸ ਕਰਨਾ ਐਜ਼ ਅ ਸਮ ਆਫ ਅ ਸਿਮੈਟ੍ਰਿਕ ਐਂਡ ਸਕਿਊਸਮੈਟ੍ਰਿਕ ম্যাਟ੍ਰਿਕਸ ਠੀਕ ਹੈ ਬੱਚੋ ਦੋਨੋਂ ਹੀ ਕੁਐਸ਼ਨ ਬਹੁਤ ਜਿਆਦਾ ਤੁਹਾਨੂੰ ਪਤਾ ਇੰਪੋਰਟੈਂਟ ਹੈ ਫਾਰ ਫਾਈਨਲ ਐਗਜ਼ਾਮ ਠੀਕ ਹੈ ਜੀ ਜੇ ਜਿਹੜਾ ਵੀ ਕੁਐਸ਼ਨ ਆਏਗਾ ਇਦਾਂ ਦਾ ਤੇ ਬੱਚੋ ਉਹ ਆਣਾ ਫਿਜ਼ਿਕਸ ਮਾਰਕਸ ਦਾ ਹੀ ਹੈ ਠੀਕ ਹੈ ਤੇ ਦੂਸਰਾ ਬੱਚੋ ਇੱਕ ਮੈਂ ਦੇਖਿਆ ਵੀ ਜਿਹੜੇ 1 ਮਾਰਕਸ ਦੇ ਕੁਐਸ਼ਨ ਹਨਾ ਬੱਚੇ ਉੱਥੇ ਕਾਫੀ ਜਨੇ ਕੀ ਬੋਲੋ ਜੀ ਤੁੱਕਾ ਲਗਾਉਣ ਦੀ ਕੋਸ਼ਿਸ਼ ਕਰਦੇ ਠੀਕ ਹੈ ਜਾਂ ਬਿਨਾਂ ਦੇਖੇ ਉਹਨੂੰ ਇੱਕਦਮ ਅਨਸਰ ਦੇ ਦਿੰਦੇ ਠੀਕ ਹੈ ਬੱਚੋ ਉਹ ਕੁਐਸਚਨ ਕਰਨ ਦਾ ਇੱਕ ਟੈਕਟ ਹੈ ਦੇਖੋ ਤੁਸੀਂ ਚਾਰੋਂ ਹੀ ਆਪਸ਼ਨਾਂ ਪੜ੍ਹੋ ਮੈਂ ਤੁਹਾਨੂੰ ਤਾਂ ਬੋਲ ਰਿਹਾ ਚਾਰੋਂ ਕਈ ਵਾਰ ਕੀ ਹੁੰਦਾ ਵੀ ਹੋ ਸਕਦਾ ਵੀ ਤੁਸੀਂ ਏ ਆਪਸ਼ਨ ਦੇਖੀ ਤਾਂ ਪਤਾ ਲੱਗਿਆ ਏ ਆਪਸ਼ਨ ਠੀਕ ਸੀ ਤੁਸੀਂ ਟੈੱਕ ਕਰਤਾ ਠੀਕ ਹੈ ਬੀ ਸੀ ਡੀ ਦੇਖੀ ਨਹੀਂ ਹੋ ਸਕਦਾ ਬੱਚੋ ਬੀ ਆਪਸ਼ਨ ਵੀ ਠੀਕ ਹੋਵੇ ਤੇ ਬੱਚੋ ਹੋ ਸਕਦਾ ਸੀ ਆਪਸ਼ਨ ਵੀ ਠੀਕ ਹੋਵੇ ਤਾਂ ਬੱਚੋ ਹੋ ਸਕਦਾ ਡੀ ਆਪਸ਼ਨ ਚ ਕੀ ਲਿਖਿਆ ਹੋਵੇ ਆਲ ਦਾ ਬਬ ਮਤਲਬ ਏ ਬੀ ਸੀ ਸਾਰੇ ਟru ਹੈ ਤੇ ਫਿਰ ਦਿੱਕਤ ਆ ਗਈ ਨਾ ਤੁਸੀਂ ਤਾਂ ਏ ਪਰ ਟਿੱਕ ਕਰਤਾ ਜਦ ਕਿ ਉਹਦੀ ਆਪਸ਼ਨ ਬੱਚੋ ਡੀ ਆਣੀ ਜਿੱਥੇ ਲਿਖਿਆ ਗਿਆ ਵੀ ਏ ਬੀ ਸੀ ਆਲ ਆਰ ਟru ਠੀਕ ਹੈ ਇਸ ਕਰਕੇ ਬੱਚੋ ਧਿਆਨ ਨਾਲ ਕਿਉਂਕਿ ਜਿਹੜੇ 1 ਬਨ ਮਾਰਕਸ ਦੇ ਕੁਐਸਚਨ ਹਨਾ ਠੀਕ ਹੈ ਇੱਥੇ ਕਿਤੇ ਨਾ ਕਿ ਹੁੰਦੇ ਤਾਂ ਸਿੰਪਲ ਹੈ ਕਿਤੇ ਨਾ ਕਿਤੇ ਕੋਈ ਲੌਜੀਕ ਵੀ ਛਿਪਿਆ ਹੁੰਦਾ ਠੀਕ ਹੈ ਤੁਸੀਂ ਉਹਨਾਂ ਨੂੰ ਦੇਖੋ ਕਿਸੇ ਕੁਐਸਚਨ ਦਾ ਆਨਸਰ ਯਾਦ ਨਹੀਂ ਕਰਨਾ ਤੁਸੀਂ ਉਹਨੂੰ ਹੱਲ ਕਰੋ ਦਿਖੋ ਇਹ ਆਨਸਰ ਕਿਉਂ ਆਇਆ ਕਿਉਂਕਿ ਤੁਹਾਨੂੰ ਫਾਈਨਲ ਦੇ ਵਿੱਚ ਜ਼ਰੂਰੀ ਨਹੀਂ ਵੀ ਇਹੀ ਸਟੇਟਮੈਂਟ ਆਵੇ ਸਟੇਟਮੈਂਟ ਆਵੇ ਠੀਕ ਹੈ ਤਾਂ ਜੇ ਅਗਰ ਇਹਨਾਂ ਸਟੇਟਮੈਂਟ ਨੂੰ ਚੇਂਜ ਕਰਤੀ ਤਾਂ ਤੁਸੀਂ ਇੱਥੇ ਆਨਸਰ ਫਾਈਂਡ ਆਊਟ ਕਰਨੇ ਉਹ ਮਿਲ ਨਹੀਂ ਤੁਹਾਨੂੰ ਉਸੇ ਫਿਰੋ ਠੀਕ ਹੈ ਇਸ ਰਕੇ ਉਹਨਾਂ ਨੂੰ ਯਾਦ ਨਹੀਂ ਕਰਨਾ ਬੱਚੋ ਕੱਲਾ-ਕੱਲਾ ਕੁਐਸਚਨ ਸਮਝ ਕੇ ਕਰੋ ਠੀਕ ਹੈ ਜੀ ਤਾਂ ਕਿ ਤੁਹਾਡੇ ਬੱਚੋ ਫਾਈਨਲ ਦੇ ਵਿੱਚ 80/80 ਮਾਰਕਸ ਆ ਸਕਣ ਠੀਕ ਹੈ ਜੀ ਥੈਂਕ ਯੂ ਸੋ ਮਚ ਬੱਚੋ ਹੈਵ ਅ ਨਾਈਸ ਡੇ ਤੇ ਬੱਚੋ ਕੋਸ਼ਿਸ਼ ਕਰਨ ਵਾਲੋਂ ਕੀ ਕبھی ਹਾਰ ਨਹੀਂ ਹੁੰਦੀ ਓਕੇ ਬੱਚੋ ਬਾਏ ਬਾਏ